ਫਤਿਹ। ਮੈਂ ਭੁਪਿੰਦਰ ਸਿੰਘ, ਕੈਂਡੀਡੇਟ ਸਿੱਖ ਸਦਭਾਵਨਾ ਦਲ ਰੋਣੀ ਤੋਂ, ਵਾਰਡ ਨੰਬਰ 1। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਅਗਰ ਸੰਗਤ ਸਿੱਖ ਸਦਭਾਵਨਾ ਦਲ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੀ ਪ੍ਰਾਇਓਰਟੀ ਹੋਏਗੀ ਕਿ ਗੁਰਮਤਿ ਸਕੂਲ ਖੋਲ੍ਹੇ ਜਾਣਗੇ, ਜਿਨ੍ਹਾਂ ਵਿੱਚ ਅਸੀਂ ਚੰਗੇ ਰਾਗੀ ਢਾਡੀ ਖਵੀਸ਼ਰੀ ਸਾਡੀ ਸਿੱਖ ਸੰਗਤ ਨੂੰ ਮਿਲ ਸਕਣ। ਦੂਜਾ, ਜੋ ਵੀ ਸਾਡੇ ਆਪਣਾ ਸੇਵਾਦਾਰ ਹੈਗੇ ਨੇ ਗੁਰਦੁਆਰਿਆਂ ਦੇ, ਉਹਨਾਂ ਨੂੰ ਸਮੇਂ ਸਿਰ ਜੋ ਵੀ ਉਹਨਾਂ ਦੇ ਬਣਦੇ ਪੱਤੇ ਅਤੇ ਤਨਖਾਹਾਂ ਦਿੱਤੀਆਂ ਜਾਣਗੀਆਂ, ਔਰ ਇਹਨਾਂ ਦੇ ਲੋੜਵੰਦ ਜੋ ਆਪਣਾ ਗੁਰਦੁਆਰਿਆਂ ਦੇ ਸੇਵਾਦਾਰ ਹਨ, ਉਹਨਾਂ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਕਿ ਅੰਮ੍ਰਿਤਧਾਰੀ ਹੋਣਗੇ, ਉਹਨਾਂ ਨੂੰ ਗੁਰਦੁਆਰਾ ਲੱਖੀ ਸ਼ਾਮਨ ਜਾਰਾ ਹਾਲ ਵਿੱਚ ਉਹਨਾਂ ਦੀਆਂ ਜੋ ਵੀ ਸ਼ਾਦੀ ਦਾ ਜਾਂ ਹੋਰ ਵੀ ਕੋਈ ਫੰਕਸ਼ਨ ਹੋਣਗੇ, ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੇ ਫ੍ਰੀ ਕਮੇਟੀ ਵੱਲੋਂ ਸਾਰੀ ਸੇਵਾ ਕੀਤੀ ਜਾਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।